ਜੀ ਅਸਲਾਮ ਵਾਲੇਕੁਮ, ਮੈਂ ਸਭ ਲੋਰੀਆ ਫੈਬਰੀਕੇਟਰ ਸੀ। ਅੱਜ ਤੁਹਾਡੇ ਲਈ ਲੈ ਕੇ ਆਏ ਮੋਟਰਵੇ ਦੇ ਉੱਤੇ ਜਿਹੜੇ ਕੈਸ਼ ਕੈਬਨ ਲੱਗਦੇ ਨੇ ਉਹਨਾਂ ਦੇ ਤੁਹਾਨੂੰ ਦਿਖਾ ਰਹੇ ਹਾਂ ਰਿਵਿਊ। ਅਤੇ ਇਹ ਸਾਡਾ ਜਿਹੜਾ ਟੇਬਲਾਂ ਤਿਆਰ ਹੋ ਰਹੀਆਂ ਨੇ, ਇਹ ਜਿਹੜੀ ਚੈੱਕ ਪੋਸਟਾਂ ਲੱਗੀਆਂ ਹੁੰਦੀਆਂ ਟੂਲ ਟੈਕਸ ਵਾਲੀਆਂ, ਠੀਕ ਹੈ ਜੀ। ਟੂਲ ਟੈਕਸ ਦੇ ਉੱਤੇ ਜਿਹੜੇ ਕੈਬਨ ਬਣੇ ਹੁੰਦੇ ਨੇ ਉਹਨਾਂ ਕੈਬਨਾਂ ਦੇ ਅੰਦਰ ਸਾਡੀ ਇਹ ਟੇਬਲ ਬਣ ਕੇ ਜਾ ਰਹੀ ਹੈ, ਠੀਕ ਹੈ ਜੀ। ਅਤੇ ਇਹ ਸਾਡਾ ਕੈਸ਼ ਸਟੋਰ ਹੈ, ਠੀਕ ਹੈ ਜੀ, ਤੁਸੀਂ ਚੈੱਕ ਕਰ ਸਕਦੇ। ਅਤੇ ਇੱਥੇ ਲੋਕ ਹੋ ਗਿਆ। ਇਹ ਸਾਡੇ ਜਿਹੜੇ ਮੋਟਰਵੇ ਦੇ ਨਵੇਂ ਕੈਬਨ ਬਣ ਰਹੇ ਨੇ ਉਹਨਾਂ ਦੇ ਵਿੱਚ ਸਾਰੇ ਪੀਸ ਲੱਗ ਰਹੇ ਨੇ, ਅਤੇ ਇਹ ਜਾ ਚੁੱਕੇ ਨੇ। ਕੁਝ ਪੀਸ ਰਹਿ ਗਏ ਨੇ ਜਿਹੜੇ ਕੰਪਲੀਟ ਹੋ ਰਹੇ ਨੇ, ਅਤੇ ਇਹ ਫਾਈਨਲ ਪੀਸ ਨੇ ਜਿਹੜੇ ਅਸੀਂ ਉੱਥੇ ਜਾ ਕੇ ਲਗਾਵਾਂਗੇ। ਅਤੇ ਇਹ ਤੁਸੀਂ ਚੈੱਕ ਕਰ ਰਹੇ ਹੋ, ਸਿੰਗ ਤਿਆਰ ਹੋ ਰਿਹਾ ਜਿਹੜਾ ਸਾਡਾ ਫੂਡ ਕਾਰਟ ਕੰਟੇਨਰ ਤਿਆਰ ਹੋ ਰਿਹਾ ਉਹਦਾ। ਅਤੇ ਇਸ ਸਾਈਡ 'ਤੇ ਵੀ ਕੁਝ ਟੇਬਲਾਂ ਪਈਆਂ ਹੋਈਆਂ ਨੇ, ਕੁਝ ਮੁਕੰਮਲ ਹੋ ਗਈਆਂ ਨੇ, ਕੁਝ ਦੇ ਉੱਤੇ ਵਰਕਿੰਗ ਸਟਾਰਟ ਹੈ। ਇਹ ਮੁਕੰਮਲ ਹੋ ਗਈ, ਇੱਕ ਸਾਈਡ 'ਤੇ ਰੱਖ ਦਿੱਤੀਆਂ ਗਈਆਂ ਹੋਈਆਂ ਨੇ, ਅਤੇ ਅਸੀਂ ਚੈੱਕ ਕਰ ਸਕਦੇ ਹਾਂ। ਬੜੀ ਮਜ਼ਬੂਤ ਚੀਜ਼ ਬਣਾਈ ਹੈ ਐਸ ਐਸ ਸਟੀਲ ਦੇ ਵਿੱਚ, ਇਹ ਸਾਡੀ ਵਰਕਿੰਗ ਹੋ ਰਹੀ ਹੈ। ਇਹਨਾਂ ਟੇਬਲਾਂ ਦੇ ਉੱਤੇ ਦਰਾਜ਼ ਲੱਗ ਰਹੇ ਨੇ, ਅਤੇ ਇਹਨਾਂ ਦੇ ਥੱਲੇ ਡਾਹੀਆਂ ਲੱਗ ਰਹੀਆਂ ਨੇ ਮਜ਼ਬੂਤੀ ਦੇ, ਜਿਹੜਾ ਉਹ ਉਹਦੇ ਲਈ ਅਸੀਂ ਇਹਨੂੰ ਮਜ਼ਬੂਤ ਕਰ ਰਹੇ ਹਾਂ, ਠੀਕ ਹੈ ਜੀ। ਇਹ ਸਾਡੇ ਕੈਸ਼ ਡੋਰ ਨੇ, ਇਹ ਬੜੇ ਈਜ਼ੀਲੀ ਅਤੇ ਬੜੇ ਸਮੂਥ ਜਿਹੜੇ ਨਾ ਉਹ ਬੰਦ ਖੁੱਲ੍ਹਦੇ ਨੇ, ਬੰਦ ਹੁੰਦੇ ਨੇ, ਤੁਸੀਂ ਚੈੱਕ ਕਰ ਸਕਦੇ। ਸਾਧ ਨਹੀਂ ਕੋਲ ਨਿਗਰਾਨੀ ਆਪਣੇ ਕਰਵਾ ਰਹੇ ਨੇ ਕੰਮ, ਫੈਬਰੀਕੇਟਰ ਫੈਕਟਰੀ ਦੀ ਤਰਫੋਂ ਤੁਹਾਨੂੰ ਦਿਖਾ ਰਹੇ ਸਾਂ। ਅਤੇ ਲਾਈਕ ਸਬਸਕ੍ਰਾਈਬ ਕਰਦੇ ਰਹਿਣਾ, ਬਹੁਤ ਸ਼ੁਕਰੀਆ, ਤਾਂ ਕਿ ਮੈਂ ਜੋ ਵੀ ਸਾਡਾ ਕੰਮ ਹੋ ਰਿਹਾ ਜੋ ਅਸੀਂ ਲੈ ਕੇ ਆ ਰਹੇ ਹਾਂ ਉਹ ਤੁਹਾਨੂੰ ਦਿਖਾਉਂਦੇ ਰਹੀਏ। ਬਹੁਤ ਸ਼ੁਕਰੀਆ ਜੀ।